ਜਿਹੜੀ NDPS ਦੇ ਖਿਲਾਫ ਜੰਗ ਚੱਲ ਰਹੀ ਹੈ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ 68F ਪ੍ਰੋਪਰਟੀ ਫਰੀਜ਼ ਦੇ ਜਿਹੜੇ ਕੇਸਿਸ ਹੁੰਦੇ ਨੇ ਉਹਦੇ ਵਿੱਚ ਬਟਾਲਾ ਪੁਲਿਸ ਵੱਲੋਂ 6 ਕੇਸਾਂ ਦੇ ਵਿੱਚ ਪ੍ਰੋਪਰਟੀ ਫਰੀਜ਼ ਕਰਾਈ ਗਈ ਹੈ ਕੁੱਲ ਜਿਹੜੇ ਦੋਸ਼ੀ ਨੇ 8 ਦੋਸ਼ੀ ਸੀਗੇ ਇਹਦੇ ਵਿੱਚ ਅਤੇ ਉਹਨਾਂ ਦੀ ਪ੍ਰੋਪਰਟੀ ਫਰੀਜ਼ ਕਰਾਈ ਗਈ ਹੈ ਜਿਹਦੀ ਵੈਲਿਊ 6,67,61,600 ਰੁਪਈਏ ਮੈਂ ਰਿਪੀਟ ਕਰਦਾ 6,67,61,600 ਰੁਪੀਜ਼ ਇਹਦੇ ਵਿੱਚ ਉਹਨਾਂ ਦੀ ਜਿਹੜੀ ਲੈਂਡ ਹੈ ਅਤੇ ਉਹਦੇ ਉੱਤੇ ਜਿਹੜੀ ਕੰਸਟਰਕਸ਼ਨ ਕੀਤੀ ਹੈ ਇਹ ਪ੍ਰੋਪਰਟੀਜ਼ ਨੂੰ ਕੰਪੀਟੈਂਟ ਅਥਾਰਟੀ ਨਿਊ ਦਿੱਲੀ ਉੱਥੇ ਭੇਜਿਆ ਗਿਆ ਸੀਗਾ ਉਹਨਾਂ ਵੱਲੋਂ ਇਹਦੀ ਪੈਰਵਾਈ ਕਰਨ ਤੋਂ ਬਾਅਦ ਇਹਨਾਂ ਦੀ ਅੱਜ ਪ੍ਰੋਪਰਟੀ ਫਰੀਜ਼ਿੰਗ ਦੇ ਆਰਡਰਸ ਆ ਗਏ ਨੇ ਡਿਸਟ੍ਰਿਕਟ ਪੁਲਿਸ ਵੱਲੋਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਜਿਹੜੇ ਫਰੀਜ਼ਿੰਗ ਆਰਡਰਸ ਨੇ ਇਹਨਾਂ ਦੀ ਪ੍ਰੋਪਰਟੀਜ਼ ਦੇ ਉੱਤੇ ਪੇਸਟ ਕੀਤੇ ਗਏ ਨੇ ਅਤੇ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਪ੍ਰੋਪਰਟੀ ਫਰੀਜ਼ਿੰਗ ਅੱਜ ਇਹਨਾਂ ਦੀ ਹੋ ਗਈ ਇਹਨਾਂ ਦੀ ਪ੍ਰੋਪਰਟੀ ਦੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਸਮਗਲਰਸ ਨੇ ਜਾਂ NDPS ਦੇ ਅਕਿਊਜ਼ ਨੇ ਜਿਨ੍ਹਾਂ ਨੇ ਇਲੀਗਲ ਪ੍ਰੋਪਰਟੀਜ਼ ਜਿਹੜੀਆਂ ਨੇ ਡਰੱਗਸ ਤੋਂ ਡਰੱਗ ਮਨੀ ਤੋਂ ਆਪਣੀਆਂ ਬਣਾਈਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਵੀ ਅੱਗੇ ਫਰੀਜ਼ ਕਰਨ ਦੇ ਪੂਰੀ ਸਾਡੀ ਚੱਲ ਰਹੀ ਹੈ ਜੀ ਕਮਰਸ਼ੀਅਲ ਕੁਆਂਟਿਟੀ NDPS ਹੈਰੋਇਨ ਦੀ ਜਿਹੜੀ ਹੈਗੀ ਹੈ ਹੈਰੋਇਨ ਦੀ ਜਿਹੜੀ ਸੇਲ ਹੈ ਡਿਫਰੈਂਟ ਡਿਫਰੈਂਟ ਕੇਸਿਸ ਦੇ ਵਿੱਚ ਡਿਫਰੈਂਟ ਡਿਫਰੈਂਟ ਵੈਲਿਊ ਹੈ ਇਹ ਕਿਲਾ ਲਾਲ ਸਿੰਘ ਦੇ ਨੇ ਲਖਵਿੰਦਰ ਸਿੰਘ ਹੈ ਉਮਰ ਉਮਰੇਵਾਲ ਜਗਦੀਪ ਸਿੰਘ ਅਕਰਪੁਰਾ ਇਹ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਅਸੀਂ ਫੁੱਲ ਡਿਟੇਲ ਦੇ ਦਿੰਦੇ ਹਾਂ ਜੀ ਕੁਲਵਿੰਦਰ ਕੌਰ ਹੈ ਅਕਰਪੁਰਾ ਦੀ ਸਦਰ ਥਾਣੇ ਦੇ ਵਿੱਚ ਕੋਟਲੀ ਸੂਰਤ ਮੱਲੀ ਦੇ ਗੁਰਪ੍ਰੀਤ ਸਿੰਘ ਹੈ ਘਣੀਏ ਕੇ ਬਾਂਗਰ ਦੇ ਗੁਰਜਨ ਸਿੰਘ ਨੇ ਵਿਲੇਜ ਕੋਠੇ ਦੇ ਸਿਟੀ ਬਟਾਲਾ ਦੇ 3 ਕੇਸ ਨੇ ਜਿਹਦੇ ਵਿੱਚ ਰਾਜਨ ਖਜੂਰੀ ਗੇਟ ਦਾ ਸਰਵਨ ਸਾਵਨ ਸ਼ਰਮਾ ਅਤਰੀਆਂ ਮੁਹੱਲੇ ਦਾ ਦੀਪਕ ਸ਼ਰਮਾ ਇਹ ਕਿਲਾ ਮੁਹੱਲਾ ਨੇ DSP ਰੈਜੀਡੈਂਸ ਬਟਾਲਾ ਸੋ ਇਹ ਡਿਫਰੈਂਟ ਸਾਰੇ ਪੁਲਿਸ ਸਟੇਸ਼ਨਸ ਵੱਲੋਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਤਾਂ ਪੁਰਾਣੇ ਕੇਸ ਨੇ ਹੋ ਸਕਦਾ ਬੇਲ 'ਤੇ ਵੀ ਹੋਣ ਬਟ ਇਹਨਾਂ ਦੀ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਨੇ ਆਈਡੈਂਟੀਫਾਈ ਕਰਕੇ ਹੁਣ ਫਰੀਜ਼ ਕਰੇਂਗੇ ਇਹਨਾਂ ਦੇ ਅਤੇ ਜਿਹੜਾ ਇੱਕ ਇੱਕ ਕੇਸ ਦੀ ਵਿੱਚ ਇੰਡੀਵਿਜੁਅਲ ਕੇਸ ਵਿੱਚ ਬਣਾ ਕੇ ਭੇਜਿਆ ਜਾਂਦਾ ਅਤੇ ਬਾਕੀ ਹੁਣ ਇਹਨਾਂ ਦੇ ਜਿਹੜੇ ਬਾਕੀ ਕੇਸ ਨੇ ਉਹਨਾਂ ਨੂੰ ਵੀ ਆਈਡੈਂਟੀਫਾਈ ਕੀਤਾ ਜਾਏਗਾ ਜਿਹੜੀ NDPS ਦੇ ਖਿਲਾਫ ਜੰਗ ਚੱਲ ਰਹੀ ਹੈ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ 68F ਪ੍ਰੋਪਰਟੀ ਫਰੀਜ਼ ਦੇ ਜਿਹੜੇ ਕੇਸਿਸ ਹੁੰਦੇ ਨੇ ਉਹਦੇ ਵਿੱਚ ਬਟਾਲਾ ਪੁਲਿਸ ਵੱਲੋਂ 6 ਕੇਸਾਂ ਦੇ ਵਿੱਚ ਪ੍ਰੋਪਰਟੀ ਫਰੀਜ਼ ਕਰਾਈ ਗਈ ਹੈ ਕੁੱਲ ਜਿਹੜੇ ਦੋਸ਼ੀ ਨੇ 8 ਦੋਸ਼ੀ ਸੀਗੇ ਇਹਦੇ ਵਿੱਚ ਅਤੇ ਉਹਨਾਂ ਦੀ ਪ੍ਰੋਪਰਟੀ ਫਰੀਜ਼ ਕਰਾਈ ਗਈ ਹੈ ਜਿਹਦੀ ਵੈਲਿਊ 6,67,61,600 ਰੁਪਈਏ ਮੈਂ ਰਿਪੀਟ ਕਰਦਾ 6,67,61,600 ਰੁਪੀਜ਼ ਇਹਦੇ ਵਿੱਚ ਉਹਨਾਂ ਦੀ ਜਿਹੜੀ ਲੈਂਡ ਹੈ ਅਤੇ ਉਹਦੇ ਉੱਤੇ ਜਿਹੜੀ ਕੰਸਟਰਕਸ਼ਨ ਕੀਤੀ ਹੈ ਇਹ ਪ੍ਰੋਪਰਟੀਜ਼ ਨੂੰ ਕੰਪੀਟੈਂਟ ਅਥਾਰਟੀ ਨਿਊ ਦਿੱਲੀ ਉੱਥੇ ਭੇਜਿਆ ਗਿਆ ਸੀਗਾ ਉਹਨਾਂ ਵੱਲੋਂ ਇਹਦੀ ਪੈਰਵਾਈ ਕਰਨ ਤੋਂ ਬਾਅਦ ਇਹਨਾਂ ਦੀ ਅੱਜ ਪ੍ਰੋਪਰਟੀ ਫਰੀਜ਼ਿੰਗ ਦੇ ਆਰਡਰਸ ਆ ਗਏ ਨੇ ਡਿਸਟ੍ਰਿਕਟ ਪੁਲਿਸ ਵੱਲੋਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਜਿਹੜੇ ਫਰੀਜ਼ਿੰਗ ਆਰਡਰਸ ਨੇ ਇਹਨਾਂ ਦੀ ਪ੍ਰੋਪਰਟੀਜ਼ ਦੇ ਉੱਤੇ ਪੇਸਟ ਕੀਤੇ ਗਏ ਨੇ ਅਤੇ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਪ੍ਰੋਪਰਟੀ ਫਰੀਜ਼ਿੰਗ ਅੱਜ ਇਹਨਾਂ ਦੀ ਹੋ ਗਈ ਇਹਨਾਂ ਦੀ ਪ੍ਰੋਪਰਟੀ ਦੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਸਮਗਲਰਸ ਨੇ ਜਾਂ NDPS ਦੇ ਅਕਿਊਜ਼ ਨੇ ਜਿਨ੍ਹਾਂ ਨੇ ਇਲੀਗਲ ਪ੍ਰੋਪਰਟੀਜ਼ ਜਿਹੜੀਆਂ ਨੇ ਡਰੱਗਸ ਤੋਂ ਡਰੱਗ ਮਨੀ ਤੋਂ ਆਪਣੀਆਂ ਬਣਾਈਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਵੀ ਅੱਗੇ ਫਰੀਜ਼ ਕਰਨ ਦੇ ਪੂਰੀ ਸਾਡੀ ਚੱਲ ਰਹੀ ਹੈ ਜੀ ਕਮਰਸ਼ੀਅਲ ਕੁਆਂਟਿਟੀ NDPS ਹੈਰੋਇਨ ਦੀ ਜਿਹੜੀ ਹੈਗੀ ਹੈ ਹੈਰੋਇਨ ਦੀ ਜਿਹੜੀ ਸੇਲ ਹੈ ਡਿਫਰੈਂਟ ਡਿਫਰੈਂਟ ਕੇਸਿਸ ਦੇ ਵਿੱਚ ਡਿਫਰੈਂਟ ਡਿਫਰੈਂਟ ਵੈਲਿਊ ਹੈ ਇਹ ਕਿਲਾ ਲਾਲ ਸਿੰਘ ਦੇ ਨੇ ਲਖਵਿੰਦਰ ਸਿੰਘ ਹੈ ਉਮਰ ਉਮਰੇਵਾਲ ਜਗਦੀਪ ਸਿੰਘ ਅਕਰਪੁਰਾ ਇਹ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਅਸੀਂ ਫੁੱਲ ਡਿਟੇਲ ਦੇ ਦਿੰਦੇ ਹਾਂ ਜੀ ਕੁਲਵਿੰਦਰ ਕੌਰ ਹੈ ਅਕਰਪੁਰਾ ਦੀ ਸਦਰ ਥਾਣੇ ਦੇ ਵਿੱਚ ਕੋਟਲੀ ਸੂਰਤ ਮੱਲੀ ਦੇ ਗੁਰਪ੍ਰੀਤ ਸਿੰਘ ਹੈ ਘਣੀਏ ਕੇ ਬਾਂਗਰ ਦੇ ਗੁਰਜਨ ਸਿੰਘ ਨੇ ਵਿਲੇਜ ਕੋਠੇ ਦੇ ਸਿਟੀ ਬਟਾਲਾ ਦੇ 3 ਕੇਸ ਨੇ ਜਿਹਦੇ ਵਿੱਚ ਰਾਜਨ ਖਜੂਰੀ ਗੇਟ ਦਾ ਸਰਵਨ ਸਾਵਨ ਸ਼ਰਮਾ ਅਤਰੀਆਂ ਮੁਹੱਲੇ ਦਾ ਦੀਪਕ ਸ਼ਰਮਾ ਇਹ ਕਿਲਾ ਮੁਹੱਲਾ ਨੇ DSP ਰੈਜੀਡੈਂਸ ਬਟਾਲਾ ਸੋ ਇਹ ਡਿਫਰੈਂਟ ਸਾਰੇ ਪੁਲਿਸ ਸਟੇਸ਼ਨਸ ਵੱਲੋਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਤਾਂ ਪੁਰਾਣੇ ਕੇਸ ਨੇ ਹੋ ਸਕਦਾ ਬੇਲ 'ਤੇ ਵੀ ਹੋਣ ਬਟ ਇਹਨਾਂ ਦੀ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਨੇ ਆਈਡੈਂਟੀਫਾਈ ਕਰਕੇ ਹੁਣ ਫਰੀਜ਼ ਕਰੇਂਗੇ ਇਹਨਾਂ ਦੇ ਅਤੇ ਜਿਹੜਾ ਇੱਕ ਇੱਕ ਕੇਸ ਦੀ ਵਿੱਚ ਇੰਡੀਵਿਜੁਅਲ ਕੇਸ ਵਿੱਚ ਬਣਾ ਕੇ ਭੇਜਿਆ ਜਾਂਦਾ ਅਤੇ ਬਾਕੀ ਹੁਣ ਇਹਨਾਂ ਦੇ ਜਿਹੜੇ ਬਾਕੀ ਕੇਸ ਨੇ ਉਹਨਾਂ ਨੂੰ ਵੀ ਆਈਡੈਂਟੀਫਾਈ ਕੀਤਾ ਜਾਏਗਾ